ਹਾਂਜੀ ਕਿਸਾਨ ਵੀਰੋ, ਕੀ ਹਾਲ ਚਾਲ ਨੇ ਸਾਰਿਆਂ ਦੇ? ਉਮੀਦ ਆ ਸਾਰੇ ਠੀਕ ਠਾਕ ਹੋਵੋਗੇ। ਮੈਂ ਬਖਸ਼ੀਰ ਸਿੰਘ, ਤੁਹਾਡਾ ਆਪਣੇ ਚੈਨਲ ਖੇਤੀ ਜੰਕਸ਼ਨ ਦੇ ਉੱਪਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਜਿਹੜੇ ਕਿਸਾਨ ਵੀਰ ਚੈਨਲ 'ਤੇ ਪਹਿਲੀ ਵਾਰ ਆਏ ਨੇ, ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਵਾਲਾ ਬਟਨ ਜ਼ਰੂਰ ਦਬਾ ਲਓ, ਤਾਂ ਜੋ ਵਧੀਆ ਤੋਂ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ। ਅਤੇ ਕਿਸਾਨ ਵੀਰੋ, ਦੇਖੋ ਆਪਣਾ ਹੁਣ ਆਲੂਆਂ ਦਾ, ਕਣਕ ਦਾ ਸੀਜ਼ਨ ਸ਼ੁਰੂ ਹੋਣ ਵਾਲਾ, ਇਹਦੇ ਵਾਸਤੇ ਆਪਾਂ ਨੂੰ ਸਭ ਤੋਂ ਮੇਨ ਜ਼ਰੂਰਤ ਹੁੰਦੀ ਹੈ DAP ਦੀ। ਦੇਖੋ DAP ਖਾਦ ਆ ਜਿਹੜੀ ਇਸ ਟਾਈਮ ਪੰਜਾਬ ਦੇ ਲਈ ਇੱਕ ਬਹੁਤ ਵੱਡਾ ਸੰਕਟ ਹੈ ਇਹਦਾ ਖੜ੍ਹਾ ਹੋਇਆ ਹੋਇਆ ਗਾ, ਕਿਉਂਕਿ ਜਿੰਨੀ ਆਪਾਂ ਨੂੰ ਮੰਨ ਕੇ ਚਲੋ 5% DAP ਖਾਦ ਚਾਹੀਦਾ, ਤਾਂ ਆਪਣੇ ਕੋਲ ਸਿਰਫ 1.5% ਹੀ DAP ਖਾਦ ਹੈ ਅਵੇਲੇਬਲ ਹੈ ਜਾਂ ਪਹੁੰਚੀ ਹੈ। ਤਾਂ ਜਿਹੜੀ ਖਾਦ ਆਪਣੇ ਕੋਲ ਪਹੁੰਚੀ ਹੈ, ਉਹ ਵੀ ਕੋਈ ਖਾਲੀ ਹੱਥ ਨਹੀਂ ਪਹੁੰਚੀ। ਉਹਦੇ ਨਾਲ ਵੀ ਦੇਖੋ ਸਾਰਿਆਂ ਨੂੰ ਹੀ ਪਤਾ, ਸਾਰੀ ਚੱਕ ਕੇ ਲਿਆਏ ਨੇ DAP ਖਾਦ, ਸਾਰਿਆਂ ਨੇ ਚੱਕਣੀ ਆ। ਤਾਂ ਉਹਦੇ ਨਾਲ ਵੀ ਤੁਹਾਨੂੰ ਪਤਾ ਵੀ ਜਿਹੜੀਆਂ ਆਪਣੀਆਂ ਸੁਸਾਇਟੀਆਂ ਨੇ, ਸੁਸਾਇਟੀਆਂ ਦੇ ਵਿੱਚ ਆਪਾਂ ਨੂੰ ਫੀਡ ਜਾਂ ਕੋਈ ਅਦਰ ਹੋਰ ਚੀਜ਼ਾਂ ਚੁਕਾਈਆਂ ਜਾਂਦੀਆਂ ਨੇ, ਅਤੇ ਜਿਹੜੀਆਂ ਆਪਾਂ ਨੇ ਨੋਰਮਲੀ ਆਪਣੇ ਦੁਕਾਨਾਂ ਤੋਂ DAP ਚੱਕਦੇ ਹਾਂ, ਉਹਦੇ ਨਾਲ ਆਪਾਂ ਨੂੰ ਪੋਲੀ ਹਾਈਲਾਈਟ ਜਾਂ ਪਲੀਗੋ ਦਵਾਈ ਦਾ ਸਾਲਟ ਆ ਜਿਹੜਾ ਉਹ ਚੁਕਾਇਆ ਜਾਂਦਾ। ਹੁਣ ਤੁਸੀਂ ਐਂ ਦੇਖੋ ਕਿਸਾਨ ਵੀਰੋ, ਵੀ ਜਿਹੜੇ ਵੀਰ ਨੇ ਕੋਈ 50 ਗੱਟੇ DAP ਦੇ ਚੱਕਣੇ ਨੇ, ਤਾਂ ਉਹ 50 ਗੱਟੇ ਪੋਲੀ ਹਾਈਲਾਈਟ ਦੇ ਲਿਆ ਕੇ ਉਹਨਾਂ ਦਾ ਕਰੂਗਾ ਕੀ? ਜਾਂ ਉਹ ਜਿਹਨੇ ਹੁਣ ਝੋਨਿਆਂ ਦੇ ਉੱਪਰ ਸਪਰੇਅ ਕਰ ਲਈ, ਉਹਨੂੰ ਅੰਪਲੀਗੋ ਦਵਾਈ ਦੇ ਸਾਲਟ ਦਾ ਉਹ ਕਰੂਗਾ ਕੀ ਲਿਆ ਕੇ? ਉਹਦੀ 1 ਸਾਲ ਜਿਹੜੀ ਅੱਗੇ ਉਹਨੂੰ ਚੀਜ਼ ਚਾਹੀਦੀ ਆ, ਉਹ ਪਹਿਲਾਂ ਉਹ ਲੈ ਕੇ ਰੱਖ ਕੇ ਉਹਦਾ ਵਿਆਜ ਪਵਾ ਕੇ ਉਹ ਬੰਦਾ ਕਿੰਨਾ ਕੁ ਅੱਗੇ ਵਧ ਜੂਗਾ? ਤਾਂ ਪਹਿਲਾਂ ਤਾਂ ਕਿਸਾਨ ਵੀਰੋ ਕਮੈਂਟ ਦੇ ਵਿੱਚ ਜ਼ਰੂਰ ਦੱਸੋ ਵੀ ਕਿਹਨੇ ਕਿਹਨੇ DAP ਚੱਕੀ ਆ ਅਤੇ ਨਾਲ ਉਹਨੂੰ ਕੀ ਚੁਕਾਇਆ ਗਿਆ। ਜਿੱਥੇ ਤੱਕ ਮੈਨੂੰ ਪਤਾ, ਮੈਂ ਦੇਖਿਆ ਗਾ ਜਿਹੜਾ ਸੁਸਾਇਟੀਆਂ ਦੇ ਵਿੱਚੋਂ DAP ਚੱਕਿਆ, ਆਪਾਂ ਸੁਸਾਇਟੀਆਂ ਲਈ DAP ਦੇ ਨਾਲ ਆਪਾਂ ਨੂੰ ਫੀਡ ਚੁਕਾਈ ਗਈ ਆ ਮਾਰਕ ਫੈਡ ਦੀ। ਤਾਂ ਦੇਖੋ ਕਿਸਾਨ ਵੀਰੋ, ਜਿਹੜੇ ਹੁਣ ਫਾਰਮਰ ਨੇਗੇ, ਉਹ ਆਪਣੀ ਫੀਡ ਤਿਆਰ ਕਰਾਉਂਦੇ ਨੇ, ਜਾਂ ਕੋਈ ਪਾਉਂਦਾ ਕੋਈ ਪਾਉਂਦਾ, ਜਿਨ੍ਹਾਂ ਨੂੰ ਲੋੜ ਹੀ ਨਹੀਂ ਯਾਰ, ਉਹ ਵਿਚਾਰੇ ਕਰਨਗੇ ਕੀ ਲਿਆ ਕੇ ਉਹਨਾਂ ਚੀਜ਼ਾਂ ਨੂੰ? ਹੁਣ ਇਹੀ ਕੰਮ ਪੋਲੀ ਹਾਈਲਾਈਟ ਦਾ, ਜਿਹੜੇ ਤਾਂ ਹੁਣ ਆਲੂ ਵਾਲੇ ਕਿਸਾਨ ਵੀਰ ਨੇ, ਦੇਖੋ ਉਹਨਾਂ ਨੂੰ ਵੀਰੇ ਖੱਬਾ ਸੱਜਾ ਕਰਨਾ ਪੈਂਦਾ DAP ਬਿਨਾਂ, ਉਹਨਾਂ ਦਾ ਸਰਦਾ ਹੀ ਨਹੀਂ। ਉਹ ਵਿਚਾਰੇ ਹੁਣ ਪੋਲੀ ਹਾਈਲਾਈਟ ਲਿਆ ਕੇ ਕਿੰਨਾ ਕੁ ਪਾਈ ਜਾਣਗੇ? ਦੇਖੋ ਜੇ 300 ਬੈਗ ਕੋਈ DAP ਦਾ ਲੈਂਦਾ, ਤਾਂ 300 ਬੈਗ ਹੀ ਉਹਨੂੰ ਪੋਲੀ ਹਾਈਲਾਈਟ ਦਾ ਦਿੱਤਾ ਜਾਂਦਾ, ਧੱਕੇ ਨਾਲ 850 ਰੁਪਈਏ ਦੇ ਉੱਪਰ ਕੀਮਤ ਆ ਉਹਦੀ ਮੰਨ ਕੇ ਚਲੋ। ਉਹਨੂੰ ਕਿੰਨਾ ਕੁ ਪਾ ਕੇ ਖੇਤਾਂ ਦੇ ਵਿੱਚ ਸਿੱਟ ਲੂਗਾ ਕਿਸਾਨ ਵੀਰ ਲਿਆ ਕੇ? ਕੀ ਉਹ DAP ਦਾ ਕੰਮ ਕਰ ਲੂਗਾ ਜੇ ਬਰਾਬਰ ਪਾਊ? ਯਾਰ ਕਿਉਂ ਇੰਨਾ ਲੁੱਟਿਆ ਜਾ ਰਿਹਾ ਆਪਣੇ ਕਿਸਾਨ ਵੀਰਾਂ ਨੂੰ? ਦੇਖੋ ਗਲਤੀ ਦੁਕਾਨਦਾਰਾਂ ਦੀ ਵੀ ਨਹੀਂ ਹੈਗੀ, ਕਿਉਂਕਿ ਜੇ ਕੋਈ ਕਿਸਾਨ ਵੀਰ 300-400 ਬੈਗ ਸੋਰੀ ਦੁਕਾਨਦਾਰ 300-400 ਬੈਗ DAP ਪਰਚੇਜ਼ ਕਰਦਾ, ਉਹਨੂੰ 2 ਲੱਖ ਤੋਂ ਪਲੱਸ ਦੀ ਤਾਂ ਨਾਲ ਦਵਾਈ ਦਿੱਤੀ ਜਾਂਦੀ ਆ, ਤਾਂ ਉਹ ਵਿਚਾਰਾ 2 ਲੱਖ ਦੀ ਪਲੱਸ ਦੀ ਉਹਨੇ ਜਦੋਂ ਉਹਨੂੰ ਦਵਾਈ ਮਿਲ ਗਈ, ਉਹਨੇ ਲਿਆ ਕੇ ਉਹ ਦਵਾਈ ਅਕਸਰ ਨੂੰ ਉਹਨੇ ਤਾਂ ਆਪਣੀ ਵੇਚਣੀ ਹੈ ਨਾ, ਕੋਲ ਤਾਂ ਨਹੀਂ ਨਾ ਰੱਖ ਸਕਦਾ ਉਹ ਵੀ ਕਿੰਨਾ ਕੁ ਘਾਟਾ ਪਾਲੂਗਾ ਆਪਣੇ ਆਪ ਨੂੰ? ਕਿੰਨੇ ਕੁ ਕਿਸਾਨ ਵੀਰਾਂ ਨੂੰ ਉਹ ਜਵਾਬ ਦੇ ਦੂਗਾ? ਉਹਨੇ ਤਾਂ ਆਪਣੀ ਦੁਕਾਨਦਾਰੀ ਵੀ ਚਲਾਉਣੀ ਹੈ ਨਾ, ਉਹਨੂੰ ਤਾਂ ਜਿਹੜਾ ਕੰਮ ਉਹਨੂੰ ਚੀਜ਼ ਮਿਲ ਗਈ ਉਹਨੇ ਤਾਂ ਤੁਹਾਨੂੰ ਦੇਣੀ ਆ। ਤਾਂ ਦੇਖੋ ਮੈਂ ਕਿਸਾਨ ਵੀਰੋ, ਮੈਂ ਇਹ ਗੱਲ ਇਹ ਕਰਦਾ ਵੀ ਆਪਾਂ ਨੂੰ ਯਾਰ ਇੰਨਾ ਕੁ ਤਾਂ ਸੋਚਣਾ ਚਾਹੀਦਾ ਵੀ ਆਪਣੇ ਕੋਲ ਇਹ ਚੀਜ਼ ਆ ਕਿੱਥੋਂ ਰਹੀ ਆ, ਵੀ ਆਪਣੇ ਨਾਲ ਇਹਨਾਂ ਧੱਕਾ ਕਿਉਂ ਹੋ ਰਿਹਾ? ਇਹ ਚੀਜ਼ ਦੀ ਆਪਾਂ ਨੂੰ ਆਵਾਜ਼ ਤਾਂ ਚੱਕਣੀ ਚਾਹੀਦੀ ਹੈ ਨਾ, ਵੀ ਦੇਖੋ ਜੀ ਜਦੋਂ ਸਾਨੂੰ ਇਹ ਚੀਜ਼ ਦੀ ਲੋੜ ਹੀ ਨਹੀਂ, ਵੀ ਸਾਨੂੰ ਇਹ ਚੀਜ਼ ਕਿਉਂ ਚੁਕਾਈ ਜਾਂਦੀ ਆ? ਦੇਖੋ ਕੇਂਦਰ ਸਰਕਾਰ ਆ ਜਿਹੜੀ, ਉਸ ਦੇ ਹੱਥ ਪੱਲੇ ਹੁੰਦਾ ਆਪਾਂ ਨੂੰ
ਖਾਦਾਂ ਦੇਣਾ, ਸਟੋਕ ਨਿਰਧਾਰਿਤ ਕਰਨਾ ਵੀ ਐਤਕੀ ਇੰਨਾ ਕੁ ਸਟੋਕ ਚਾਹੀਦਾ ਇੰਨਾ ਕੁ, ਅਤੇ ਉਹ ਇਹ ਚੀਜ਼ਾਂ ਬਾਰੇ ਸੋਚ ਸਕਦੇ ਨੇ ਵੀ ਹਾਂਜੀ ਇੰਨੀ ਆਪਾਂ ਨੂੰ ਪੋਲੀ ਹਾਈਲਾਈਟ ਆਪਾਂ ਦੇਣੀ ਆ। ਦੇਖੋ ਜਦੋਂ ਇਹ ਚੀਜ਼ ਦੀ ਕਿਸੇ ਨੂੰ ਲੋੜ ਹੋਊ ਤਾਂ ਉਹ ਆਪਣੇ ਆਪ ਪਰਚੇਜ਼ ਕਰ ਲੂ ਨਾ, ਇੱਦਾਂ ਧੱਕਾ ਤਾਂ ਥੋੜ੍ਹੀ ਨਾ ਕਰਿਆ ਜਾਂਦਾ। ਹੁਣ ਕਿਸਾਨ ਵੀਰ ਕਰਨਗੇ ਕੀ ਲਿਆ ਕੇ ਇੰਨੇ ਸਮਾਨ ਦਾ, ਅਤੇ ਜਿਨ੍ਹਾਂ ਨੇ ਕਣਕ ਬੀਜਣੀ ਹੈਗੀ ਕਣਕ ਬੀਜਣ ਵਾਲਾ ਕਿਸਾਨ ਵੀਰ ਇੰਨਾ ਸਮਾਨ ਪਾ ਕੇ ਉਹ 'ਚੋਂ ਕੱਢੂਗਾ ਕੀ? ਤਾਂ ਕਿਸਾਨ ਵੀਰ ਮੈਂ ਗੱਲ ਇਹ ਕਰਨੀ ਤੁਹਾਡੇ ਨਾਲ ਵੀ ਜਦੋਂ ਆਪਾਂ ਡੀ ਏ ਪੀ ਖਾਦ ਲੈਣ ਜਾਂਦੇ ਹਾਂ ਤਾਂ ਸੋਚ ਸਮਝ ਕੇ ਖਾਦ ਨੂੰ ਖਰੀਦੋ, ਕਿਉਂਕਿ ਇੰਨਾ ਸਮਾਨ ਪਾ ਕੇ ਆਪਾਂ ਨੂੰ ਕੁਝ ਵੀ ਨਹੀਂ ਬਚਣਾ। ਚਲੋ ਆਲੂਆਂ ਵਗੈਰਾ ਵਾਲਿਆਂ ਨੂੰ ਤਾਂ ਵਿਚਾਰਿਆਂ ਨੂੰ ਲੋੜ ਰਹਿੰਦੀ ਇਹ ਚੀਜ਼ਾਂ ਦੀ, ਕੈਲਸ਼ੀਅਮ ਦੀ ਜਿੱਦਾਂ ਕਹਿ ਦਈਏ, ਪੋਟਾਸ਼ ਦੀ, ਮੈਗਨੀਸ਼ੀਅਮ ਦੀ, ਜਿੰਕ ਵਗੈਰਾ ਦੀ, ਅਤੇ ਕਣਕਾਂ ਦੇ ਵਿੱਚ ਕਿਸਾਨ ਵੀਰੋ ਇੰਨਾ ਕੁਛ ਪਾ ਕੇ ਆਪਾਂ ਨੂੰ ਕੁਛ ਨਹੀਂ ਬਚਦਾ। ਦੇਖੋ ਬੈਗ ਵੀ ਜੇ ਚਲੋ ਮੰਨਿਆ 1350 ਦਾ ਬੈਗ ਤਾਂ ਆਪਾਂ ਨੂੰ ਡੀ ਏ ਪੀ ਦਾ ਪੈ ਰਿਹਾ, ਨਾਲ 850 ਦਾ ਇਹ ਦਿੱਤਾ ਜਾ ਰਿਹਾ, ਉਹਦਾ ਆਪਾਂ ਕਰਾਂਗੇ ਕੀ ਲਿਆ ਕੇ? ਚਲੋ ਮੰਨਿਆ 200-400 ਰੁਪਏ ਦੀ ਚੀਜ਼ ਹੋਵੇ ਬੰਦਾ ਲਿਆ ਕੇ ਘਰੇ ਰੱਖ ਲੂ, ਤਾਂ ਉਹਦਾ ਆਪਾਂ ਕਰਾਂਗੇ ਕੀ? ਇਹ ਚੀਜ਼ਾਂ ਆਪਾਂ ਨੂੰ ਕਿਸਾਨ ਵੀਰੋ ਸੋਚਣੀਆਂ ਪੈਣਗੀਆਂ। ਏਕਾ ਕਰੋ, ਇਕੱਤਰ ਹੋਵੋ, ਅਤੇ ਆਵਾਜ਼ ਆਪਣੀ ਚੁੱਕੋ ਇਹ ਚੀਜ਼ਾਂ ਵਿਰੋਧੀ ਵੀ ਜੀ ਅਸੀਂ ਇਹਦਾ ਕਰਾਂਗੇ ਕੀ ਲਿਆ ਕੇ ਜਦੋਂ ਸਾਨੂੰ ਇਹ ਚੀਜ਼ ਦੀ ਲੋੜ ਹੀ ਨਹੀਂ ਹੈਗੀ। ਪਰ ਦੁਕਾਨਦਾਰਾਂ ਦੀ ਵੀ ਮੈਂ ਕੋਈ ਗਲਤੀ ਨਹੀਂ ਇਹਦੇ 'ਚ ਕੱਢ ਰਿਹਾ, ਕਿਉਂਕਿ ਦੁਕਾਨਦਾਰ ਨੇ ਜਿਹੜੇ ਉਹਨਾਂ ਨੇ ਵਿਚਾਰੇ ਨੇ ਉਹ ਚੀਜ਼ ਆਪਾਂ ਨੂੰ ਦੇਣੀ ਹੈ ਜਿਹੜੀ ਉਹਨਾਂ ਕੋਲ ਆ ਗਈ, ਕਿਉਂਕਿ ਜ਼ਿਮੀਂਦਾਰ ਅਤੇ ਦੁਕਾਨਦਾਰ ਦਾ ਰਿਸ਼ਤਾ ਜਿਹੜਾ ਬਹੁਤ ਉੱਤਮ ਰਿਸ਼ਤਾ ਹੁੰਦਾ। ਉਹਨਾਂ ਨੇ ਜਿੱਦਾਂ ਆਪਾਂ ਕਹਿੰਦੇ ਉਮਰਾਂ ਭਰ ਦੇ ਉਹਨਾਂ ਦੇ ਰਿਸ਼ਤੇ ਬਣੇ ਹੋਏ ਹੁੰਦੇ ਨੇ ਇਹ ਚੀਜ਼ਾਂ ਦੇ ਲਈ, ਉਹ ਵੀ ਕੀ ਕਰਨ ਵਿਚਾਰੇ। ਹੁਣ ਮੈਂ ਦੇਖਿਆ 300-300 ਬੈਗ ਕਈ ਵਿਚਾਰੇ ਡੀ ਏ ਪੀ ਦਾ ਲਗਾਏ ਨੇ ਕਿਸਾਨ ਵੀਰ, ਵੱਡੇ ਕੰਮ ਵਾਲੇ ਨੇ ਜਿਹੜੇ 300-400 ਬੈਗ, ਤਾਂ ਵੀਰੇ ਉਹ ਵਿਚਾਰੇ ਇੰਨੇ ਕੁ ਪਰੇਸ਼ਾਨ ਹੋਏ ਪਏ ਨੇ, ਇੰਨਾ ਉਹਨਾਂ ਨੂੰ। ਹੁਣ ਮੰਨ ਲਓ ਜੇ 300 ਬੈਗ ਆ ਉਹ 4 ਲੱਖ ਰੁਪਏ ਦਾ ਡੀ ਏ ਪੀ ਆਪਣੇ ਕੋਲ ਆ ਗਿਆ, ਤਾਂ 2 ਲੱਖ ਰੁਪਏ ਦਾ ਐਕਸਟਰਾ ਸਮਾਨ ਚੱਕਣਾ ਪੈ ਗਿਆ ਉਹਨਾਂ ਨੂੰ। 2 ਲੱਖ ਰੁਪਈਆ ਕਦੋਂ ਰਿਕਵਰ ਕਰਨਗੇ ਉਹ ਆਪਦਾ? ਤਾਂ ਕਿਸਾਨ ਵੀਰੋ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਅਤੇ ਕਿਹੜੇ ਕਿਹੜੇ ਕਿਸਾਨ ਵੀਰ ਨੂੰ ਕੀ ਜਿੱਦਾਂ ਆਪਾਂ ਕਹਿ ਦਈਏ ਆਪਾਂ ਡੀ ਏ ਪੀ ਚੱਕ ਕੇ ਲਿਆਂਦਾ ਨਾਲ ਮਿਲਿਆ, ਅਤੇ ਆਪਾਂ ਨੂੰ ਤਾਂ ਕਿਸਾਨ ਵੀਰੋ ਪੋਲੀ ਹਾਈਲਾਈਟ ਹੀ ਮਿਲਿਆ ਕਿਉਂਕਿ ਆਲੂਆਂ ਦੇ ਵਿੱਚ ਆਪਾਂ ਨੂੰ ਚਲੋ ਕੰਮ ਦੇ ਜੂਗਾ, ਅਤੇ ਜੀਰੀ 'ਤੇ ਸਪਰੇ ਕਰਨ ਕਰਕੇ ਆਪਾਂ ਦਵਾਈ ਨਹੀਂ ਲਈ ਸੀਗੀ, ਪਰ ਪੋਲੀ ਹਾਈਲਾਈਟ ਆਪਾਂ ਨੂੰ ਜਿਹੜਾ ਦੇ ਤਾ ਉਹਨਾਂ ਨੇ ਉਹ ਆਪਾਂ ਚਲੋ ਆਲੂਆਂ ਦੇ ਵਿੱਚ ਕੰਮ ਲੈ ਲਾਂਗੇ। ਪਰ ਕਿਸਾਨ ਵੀਰੋ ਇਹ ਚੀਜ਼ਾਂ ਦੇਖੋ ਦਿਨ ਪ੍ਰਤੀ ਦਿਨ ਕਿਸਾਨੀ ਨੂੰ ਘਾਟੇ ਦੇ ਵਿੱਚ ਲਗਾ ਰਹੀਆਂ ਨੇ ਫਾਲਤੂ ਖਰਚ, ਜਿਹੜੀ ਚੀਜ਼ ਦੀ ਆਪਾਂ ਨੂੰ ਲੋੜ ਹੀ ਨਹੀਂ। ਧੱਕੇ ਨਾਲ ਉਹ ਚੀਜ਼ਾਂ ਆਪਾਂ ਝੋਨੇ ਦੇ ਵਿੱਚ ਜਾਂ ਜਿੱਦਾਂ ਕਹਿ ਦਈਏ ਕਣਕਾਂ ਦੇ ਵਿੱਚ ਆਲੂਆਂ ਦੇ ਵਿੱਚ ਪਾ ਕੇ ਕਿੰਨਾ ਕੁ ਮੁਨਾਫਾ ਕੱਢ ਲਾਂਗੇ। ਤਾਂ ਇਹ ਚੀਜ਼ਾਂ ਬਾਰੇ ਸਰਕਾਰਾਂ ਨੂੰ ਜ਼ਰੂਰ ਸੋਚਣਾ ਚਾਹੀਦਾ, ਜਿੱਦਾਂ ਕੇਂਦਰ ਸਰਕਾਰ ਉਹਨੂੰ ਇਹ ਚੀਜ਼ਾਂ ਬਾਰੇ ਜ਼ਰੂਰ ਸੋਚਣਾ ਚਾਹੀਦਾ ਵੀ ਇਹ ਚੀਜ਼ਾਂ ਦਾ ਕੋਈ ਕਿਸਾਨਾਂ ਨੂੰ ਪ੍ਰੋਫਿਟ ਹੋ ਸਕਦਾ, ਕੋਈ ਪ੍ਰੋਫਿਟੇਬਲ ਚੀਜ਼ ਆ ਉਹ ਦੇ ਦਿਓ ਤੁਸੀਂ ਜਿਹਦੀ ਲੋੜ ਹੈ। ਚਲੋ ਮੰਨਿਆ ਵੀ ਪ੍ਰੋਡਕਸ਼ਨ ਕਈ ਵਾਰ ਚੀਜ਼ ਦੀ ਵੱਧ ਜਾਂਦੀ ਆ, ਉਹਦਾ ਮਤਲਬ ਇਹ ਤਾਂ ਨਹੀਂ ਨਾ ਵੀ ਧੱਕੇ ਨਾਲ ਕਿਸੇ ਨੂੰ ਦਿੱਤੀ ਜਾਵੇ। ਜਿੱਦਾਂ ਕਿਸੇ ਬੰਦੇ ਨੇ ਕੋਈ ਰੋਟੀ ਡੁੱਕ ਲਾ ਲਿਆ, ਹੁਣ ਧੱਕੇ ਨਾਲ ਤਾਂ ਨਹੀਂ ਬੰਦੇ ਨੇ ਮੂੰਹ 'ਚ ਠੂਸਣ ਲੱਗਿਆ, ਜਿਹਨੂੰ ਭੁੱਖੂ ਤਾਂ ਹੀ ਖਾਊਗਾ। ਤਾਂ ਸਰਕਾਰ ਨੂੰ ਇਹ ਚੀਜ਼ਾਂ ਦੀ ਵੀ ਗੌਰ ਰੱਖਣੀ ਚਾਹੀਦੀ ਆ ਵੀ ਕਿਹੜੀ ਚੀਜ਼ ਦੀ ਕਿੰਨੀ ਕੁ ਮੰਗ ਆ, ਉਹ ਚੀਜ਼ ਦੀ ਉੱਨੀ ਕੁ ਕੰਪਨੀਆਂ ਪ੍ਰੋਡਕਸ਼ਨ ਕਰਨ ਵੀ ਫਾਲਤੂ ਦੇ ਖਰਚ ਤਾਂ ਕਿਸਾਨ ਨਹੀਂ ਤਾਂ ਪਹਿਲੀ ਘਾਟੇ 'ਚ ਚੱਲ ਰਹੀ ਆ।
ਕਿੰਨੇ ਕੁ ਫਾਲਤੂ ਦੇ ਖਰਚ ਕਿਸਾਨ ਵੀਰ ਆਪਦੇ ਪੂਰੇ ਕਰ ਲੈਣਗੇ। ਤਾਂ ਉਮੀਦ ਆ ਕਿਸਾਨ ਵੀਰੋ ਜਿਹੜੀਆਂ ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਕਰੀਆਂ ਨੇ ਜ਼ਰੂਰ ਦੱਸੇ ਤੁਹਾਨੂੰ ਵਧੀਆ ਲੱਗੇ ਹੋਵੇਗੇ, ਅਤੇ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਵੀ ਤੁਹਾਨੂੰ ਕਿੰਨਾ ਕੁ ਜ਼ਿਆਦਾ ਜਿੱਦਾਂ ਆਪਾਂ ਕਹਿ ਦਈਏ ਇਹ ਚੀਜ਼ 'ਤੇ ਇਤਰਾਜ਼ ਆ, ਕਿਉਂਕਿ ਇਹ ਚੀਜ਼ਾਂ ਨੇ ਜਿਹੜੀਆਂ ਕਿਸਾਨੀ ਨੂੰ ਬਹੁਤ ਘਾਟੇ ਵੱਲ ਜਿਹੜੀਆਂ ਲੈ ਕੇ ਜਾ ਰਹੀਆਂ ਨੇ। ਬਹੁਤ ਦੁੱਖ ਹੁੰਦਾ ਜਦੋਂ ਪਤਾ ਲੱਗਦਾ, ਮੇਰੇ ਮਤਲਬ ਕਿ ਅਟੈਚਮੈਂਟ ਦੇ ਵਿੱਚ ਹੈਗੇ ਨੇ ਕਿਸਾਨ ਵੀਰ ਜਿਨ੍ਹਾਂ ਨੂੰ 700-700 800-800 ਗੱਟਾ ਵਿੱਚ ਕਿਸਾਨ ਵੀਰਾਂ ਨੂੰ 1000-1000 ਗੱਟਾ ਵੀ DAP ਦਾ ਚਾਹੀਦਾ। ਤਾਂ ਤੁਸੀਂ ਐਂ ਦੇਖ ਲਓ ਵੀ ਉਹਨਾਂ ਲਵੇ 6-7 ਲੱਖ ਦਾ ਸਮਾਨ ਆ ਜਿਹੜਾ ਉਹ ਫਾਲਤੂ ਆ ਗਿਆ, ਜਿੰਨੀ ਕੁ ਉਹਨਾਂ ਦੀ ਬੱਚਤ ਆ ਉਨੀ ਕੁ ਉਹਨਾਂ ਦੇ ਕੋਲ ਸਮਾਨ ਆ ਗਿਆ ਫਾਲਤੂ, ਵੀ ਉਹ ਕਰਨਗੇ ਕੀ ਵਿਚਾਰੇ। ਤਾਂ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ, ਅਤੇ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਵੀ ਤੁਹਾਨੂੰ ਨਾਲ DAP ਦੇ ਕੀ ਚੁਕਾਇਆ ਗਿਆ, ਕੀ ਤੁਹਾਨੂੰ ਉਹ ਚੀਜ਼ ਲੈਣ 'ਚ ਕੋਈ ਫਾਇਦਾ ਲੱਗਿਆ ਜਾਂ ਨਾ। ਇਸੇ ਤਰ੍ਹਾਂ ਆਪਾਂ ਵਧੀਆ ਵਧੀਆ ਜਾਣਕਾਰੀਆਂ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।